ਬੇਸਿਕ ਇੰਗਲਿਸ਼ ਪਾਰਟ 2 ਅੱਜ ਮੈਂ ਤੁਹਾਨੂੰ ਕੁਝ ਵਰਡ ਦੱਸਾਂਗਾ ਜਿਹੜੇ ਤੁਹਾਡੇ ਰਾਈਟਿੰਗ 'ਚ ਕੰਮ ਬਹੁਤ ਆਣਗੇ ਤੇ ਡੇਲੀ ਜਿਹੜੇ ਵਰਡ ਨੇ ਯੂਜ਼ ਹੁੰਦੇ ਆ ਲਾਈਫ ਦੇ ਵਿੱਚ ਆਪਣੀ ਉਹਦੇ ਵਿੱਚ ਬਹੁਤ ਕੰਮ ਆਣਗੇ ਠੀਕ ਹੈ ਤਾਂ ਵੀਡੀਓ ਨੂੰ ਕਰਦੇ ਆਪਾਂ ਸਟਾਰਟ ਪਹਿਲਾ ਵਰਡ ਆਪਣੇ ਕੋਲ ਸਿਗਨੀਫੀਕੈਂਟ ਜਿਹਦਾ ਪੰਜਾਬੀ ਦੇ ਵਿੱਚ ਟਰਾਂਸਲੇਟ ਕਰੀਦਾ ਨਾ ਮਹੱਤਵਪੂਰਨ ਇਨਡੇਂਜਰਮੈਂਟ ਖਤਰਾ ਹਿੰਦੀ 'ਚ ਖਤਰੇ ਮੇ ਇਨਸਪਾਇਰਡ ਪ੍ਰੇਰਿਤ ਜਦੋਂ ਆਪਾਂ ਕਿਸੇ ਨੂੰ ਇਨਸਪਾਇਰ ਕਰਦੇ ਆ ਪ੍ਰੇਰਿਤ ਕਰਦੇ ਕਿਸੇ ਕੰਮ ਲਈ ਮੋਟੀਵੇਸ਼ਨ ਦਿੰਦੇ ਆ ਉਹਨੂੰ ਇਨਸਪਾਇਰ ਕਰਦੇ ਆ ਠੀਕ ਹੈ ਇਨਸਪਾਇਰ ਕਰਦੇ ਹਾਂ ਇਮੀਡੀਏਟਲੀ ਤੁਰੰਤ ਠੀਕ ਹੈ ਇਮੀਡੀਏਟਲੀ ਵੀ ਕਿਸੇ ਜੋ ਵੀ ਆਪਾਂ ਕੰਮ ਕਰਨਾ ਹੋਵੇ ਕਿਸੇ ਨੂੰ ਜਲਦੀ ਲਈ ਜਲਦੀ ਚ ਕਹਿਣਾ ਹੋਵੇ ਠੀਕ ਹੈ ਇਮੀਡੀਏਟਲੀ ਵਰਡ ਯੂਜ਼ ਕਰਾਂਗੇ ਆਪਾਂ ਇੰਗਲਿਸ਼ ਦਾ ਡਿਸੀਵ ਇਹਦਾ ਮੈਨਿੰਗ ਉਹਦਾ ਧੋਖਾ ਧੋਖਾ ਦੇਣਾ ਐਮਬੈਰੈਂਸਮੈਂਟ ਸ਼ਰਮਿੰਦਗੀ ਐਮਬੈਰੈਂਸਮੈਂਟ ਸ਼ਰਮਿੰਦਗੀ ਪਲੀਜ਼ੈਂਟ ਸੁਹਾਵਣਾ ਇਹ ਵਰਡ ਜ਼ਿਆਦਾ ਯੂਜ਼ ਹੁੰਦਾ ਵਾ ਵੈਦਰਲੀ ਠੀਕ ਹੈ ਪਲੀਜ਼ੈਂਟ ਵੈਦਰਲੀ ਹੁੰਦਾ ਸੁਹਾਵਣਾ ਪ੍ਰਾਈਡ ਹੁੰਦਾ ਦਫਨਾਇਆ ਦਫਨ ਬਿਟਰ ਕੌੜਾ ਬਿਟਰ ਫੈਕਟ ਇਹ ਵਰਡ ਇਹਦੇ ਗਾ ਯੂਜ਼ ਕਰਦੇ ਆਪਾਂ ਬਿਟਰ ਫੈਕਟ ਠੀਕ ਆ ਬਿਟਰ ਫੈਕਟ ਕੌੜਾ ਕੜਵਾ ਅੰਬਰਗਨ ਗੁਜਰਿਆ ਇਨਕਲਕੇਟ ਪੈਦਾ ਕਰਨਾ ਸਕੇਪ ਗੋਟ ਹੁੰਦਾ ਵਾ ਬਲੀ ਦਾ ਬੱਕਰਾ ਜੋ ਇੰਗਲਿਸ਼ 'ਚ ਆਪਾਂ ਕਹਿੰਦੇ ਆ ਪੰਜਾਬੀ ਯੂਜ਼ ਕਰਦੇ ਆਪਾਂ ਬਲੀ ਦਾ ਬੱਕਰਾ ਉਹਨੂੰ ਕਹਿੰਦੇ ਇੰਗਲਿਸ਼ ਦੇ ਵਿੱਚ ਸਕੇਪ ਗੋਟ ਠੀਕ ਹੈ ਸੋ ਆ ਸੀ ਬੇਸ ਇੰਗਲਿਸ਼ ਦਾ ਪਾਰਟ 2 ਹੁਣ ਪਾਰਟ 3 ਵੀ ਬਹੁਤ ਜਲਦੀ ਆਊਗਾ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ